ਇਸ ਵਾਰੀ ਸਫ਼ਰ ਸ਼ੁਰੂ ਕੀਤਾ ਵਾ ਹਰਿਦੁਆਰ ਤੋਂ, ਪਿਛਲੀ ਵਾਰੀ ਕੀਤਾ ਸੀ ਪੰਜਾਬ ਤੋਂ। ਇਹ ਲੈਣਾ ਲੱਗੀਆਂ ਕਮਰੇਲੀ, ਸੰਗਤ ਇਸ ਵਾਰੀ ਆਈ ਬੜੀ। ਪਹੁੰਚ ਗਏ ਹਰਿਦੁਆਰ, ਸਾਈਕਲ ਵੀ ਚੱਕ ਲਿਆ, ਬੈਗ ਬੂਗ ਵੀ ਬੰਨ ਲਏ। ਹੁਣ ਕਰਦੇ ਹਾਂ ਤੁਹਾਡੇ ਨਾਲ ਗੱਲ। ਸਫ਼ਰ ਕਰਤਾ ਸ਼ੁਰੂ ਸਾਈਕਲ 'ਤੇ, ਸ਼੍ਰੀ ਹੇਮਕੋਟ ਸਾਹਿਬ ਦੀ ਯਾਤਰਾ। ਤੁਹਾਡੇ ਨਾਲ ਖਲੋ ਕੇ ਗੱਲ ਕਰ ਲਈਏ, ਇਹ ਨਾ ਹੋਇਆ ਕਿ ਕਿਸ 'ਚ ਵੱਜੇ ਹੋਈਏ। ਇਸ ਵਾਰੀ ਸਫ਼ਰ ਸ਼ੁਰੂ ਕੀਤਾ ਵਾ ਹਰਿਦੁਆਰ ਤੋਂ, ਪਿਛਲੀ ਵਾਰੀ ਕੀਤਾ ਸੀ ਪੰਜਾਬ ਤੋਂ ਅੰਮ੍ਰਿਤਸਰ ਤੋਂ ਸ਼੍ਰੀ ਹੇਮਕੋਟ ਸਾਹਿਬ। ਇਸ ਵਾਰੀ ਹਰਿਦੁਆਰ ਤੋਂ ਹੇਮਕੋਟ ਸਾਹਿਬ ਜਾਵਾਂਗੇ। ਇਸ ਵਾਰੀ ਇਕੱਲੇ ਹਾਂ, ਇਸ ਕਰਕੇ ਹਰਿਦੁਆਰ ਤੋਂ ਸਟਾਰਟ ਕਰਨ ਲੱਗੇ ਹਾਂ। ਸਾਈਕਲ ਕੱਲ੍ਹ ਆ ਗਿਆ ਸੀ ਆਪਣਾ, ਅਤੇ ਮੈਂ ਅੱਜ ਪਹੁੰਚਿਆ ਰਾਤ ਵਾਲੀ ਟ੍ਰੇਨ 'ਚ। ਸਵੇਰੇ 8 ਵਜੇ ਪਹੁੰਚ ਗਿਆ, 9 ਵਜੇ ਖੁੱਲ੍ਹਿਆ ਦਫ਼ਤਰ, ਸਾਈਕਲ ਲਿਆ ਉੱਥੋਂ, ਧੋਣ ਸਮਾਨ ਸਮੂਨ ਬੰਨਿਆ, ਅਤੇ ਹੁਣ ਸਟੇਸ਼ਨ ਤੋਂ ਨਿਕਲ ਲੱਗੇ ਹਾਂ ਬਾਹਰ, ਅਤੇ ਰਿਸ਼ੀਕੇਸ਼ ਨੂੰ ਚਾਲੇ ਪਾਉਂਦੇ ਹਾਂ। ਬਾਕੀ ਸਟੇਸ਼ਨ ਤੋਂ ਨਿਕਲ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਾਰੀ ਚੰਗੀ ਤਰ੍ਹਾਂ, ਠੀਕ ਹੈ ਜੀ। ਉਹਦੀ ਜੜੇ ਵੀਰ ਨੇ ਹਰਿਦੁਆਰ ਆਉਣਾ ਨਾ ਟ੍ਰੇਨ 'ਤੇ, ਪਹਿਲੋਂ ਹੀ ਕੰਫਰਮ ਕਰਾ ਕੇ ਆਇਓ। ਛੁੱਟੀਆਂ ਕਰਕੇ ਇੰਨਾ ਰਸ਼ ਨਾ ਹਰਿਦੁਆਰ 'ਚ ਕੋਈ ਹਿਸਾਬ ਨਹੀਂ। ਮੈਨੂੰ ਘੱਟੋ ਘੱਟ 30-35 ਮਿੰਟ ਲੱਗ ਗਏ ਹਰਿਦੁਆਰ 'ਚੋਂ ਨਿਕਲਦੇ ਨਿਕਲਦੇ ਬਾਹਰ, ਖਾਲੀ ਰੋਡ 'ਤੇ ਹੁੰਦੇ ਹੁੰਦੇ। ਉੱਤੋਂ ਗਰਮੀ ਇੰਨੀ, ਅਤੇ ਜਦੋਂ ਲਾਗੇ ਟ੍ਰੈਫਿਕ ਇਕੱਠੀ ਹੁੰਦੀ ਨਾ, ਫਿਰ ਗੱਡੀਆਂ ਸੇਕ ਮਾਰਦੀਆਂ, ਗੱਡੀਆਂ ਇੰਨਾ ਕੁ ਸੇਕ ਮਾਰਦੀਆਂ ਬੱਸ ਹੁੰਦੀ ਦਾ। ਅਤੇ ਜਿੰਨੇ ਮੇਰੇ ਭਰਾ ਨੇ ਹਰਿਦੁਆਰ ਆਉਣਾ, ਪਹਿਲਾਂ ਟਿਕਟ ਕੰਫਰਮ ਕਰਾ ਕੇ ਆਇਓ, ਅਤੇ ਨਹੀਂ ਤਾਂ ਜੇ ਇੱਦਾਂ ਬਹਿ ਜਾਈਦਾ ਤਾਂ ਲਾਗੇ ਲੋਕ ਇੱਦਾਂ ਆ ਕੇ ਬਹਿੰਦੇ ਜਿਵੇਂ ਭੂਨਾ ਦੀ ਕੱਖਰ ਹੁੰਦੀ ਆ, ਸਾਰੀ ਰਾਤ ਗੱਲਾਂ ਕਰਦੇ ਰਹਿੰਦੇ, ਨੀਂਦ ਨਹੀਂ ਆਉਂਦੀ। ਵੇਟਿੰਗ ਵਾਲਿਆਂ ਦੀ ਔਖਾ ਜਿਹਾ ਕੰਮ, ਮੇਰੀ ਵੇਟਿੰਗ ਸੀ, ਕੰਫਰਮ ਕਰਾ ਕੇ ਹੀ ਆਇਓ ਭਰਾਵਾ। ਛੁੱਟੀਆਂ ਕਰਕੇ ਬਹੁਤ ਰਸ਼ ਆ ਹਰਿਦੁਆਰ। ਅੱਜ ਤਰੀਕ ਹੈਗੀ 17 ਜੁਲਾਈ, ਅਤੇ ਇੰਨਾ ਕੁ ਰਸ਼ ਹੈ ਨਾ ਹਰਿਦੁਆਰ 'ਚ ਕੋਈ ਹਿਸਾਬ ਨਹੀਂ। ਛੁੱਟੀਆਂ ਕਰਕੇ ਅਤੇ ਟ੍ਰੇਨਾਂ ਵੀ ਪੂਰੀਆਂ ਫੁੱਲ, ਇਸ ਕਰਕੇ ਕੰਫਰਮ ਕਰਕੇ ਆਇਓ। ਠੰਡਾ ਘੱਟ ਹੀ ਕਰੀ, ਨੋਰਮਲ ਠੰਡਾ, ਨੋਰਮਲ ਠੰਡਾ, ਨੋਰਮਲ ਜ਼ਿਆਦਾ ਨਹੀਂ, ਠੀਕ ਹੈ। ਲਓ ਜੀ, ਪਿਛਲੀ ਵਾਰੀ ਕੰਪਲੇਂਟ ਆਉਂਦੀ ਵੀਰ ਭਰਾ ਮਿਲਦੇ ਜਾਂਦੇ, ਬਸ ਸਾਈਕਲ ਦੇ ਇੱਕੋ ਕਮੀ ਝੰਡਾ ਹੀ ਲਾਇਆ, ਕਿ ਝੰਡਾ ਵੀ ਲਾ ਲਿਆ ਬਾਬੇ ਦੀ ਕਿਰਪਾ ਨਾਲ। ਪਰ ਗਰਮੀ ਦੀ ਪੂਰੀ ਯਾਦ ਯਾਰ, 10 ਕਿਲੋਮੀਟਰ ਆਇਆ ਹਾਲੇ ਮੈਂ ਹਰਿਦੁਆਰ ਤੋਂ, ਕਿਸੀ ਕੇ ਜਾਣ ਲਈ ਹਾਲੇ 14-15 ਕਿਲੋਮੀਟਰ, 10 ਕਿਲੋਮੀਟਰ ਆਇਆ ਬਸ, ਪਰ ਬਸ ਹੋ ਗਈ ਖਾਧਾ ਨਾ, ਕਿ ਹੋਰ ਸਾਈਕਲ ਚੱਲਣ ਨਹੀਂ ਦਿਆ ਜੀ। ਮੈਂ ਗਰਮੀ ਦਾ ਪੂਰਾ ਹੱਥ ਕਰਦਾ, ਪੂਰੀ ਹੱਥ ਕਰਾਉਂਦੀ ਗਰਮੀ। ਬਾਕੀ ਨਿੰਬੂ ਪਾਣੀ ਪੀਂਦੇ ਹਾਂ, ਨਿੰਬੂ ਪਾਣੀ ਪੀਣ ਤੋਂ ਬਾਅਦ ਕਰਨਾ ਸਾਰੀ ਗੱਲਬਾਤ ਕਰਦੇ ਹਾਂ। ਚਲੋ, ਥੋੜ੍ਹਾ ਸਾਹ ਚੜਿਆ ਉਹਨੂੰ ਢਾਲ ਗਏ ਬੜੀ ਗਰਮੀ ਦੇ। ਠੀਕ, ਮਸਾਲਾ ਪਾਤਾ ਇਹ 'ਚ, ਮਸਾਲਾ ਪਾਇਆ ਇਹ 'ਚ। ਮਿੱਠਾ ਕੰਮ ਹੈ,
ਸਕੰਜੀ ਕੋ ਪਾਤਾ ਨਾ ਆਪਣੇ ਸਕੰਜੀ ਮਿੱਠਾ ਨਹੀਂ ਡਾਲਦੇ ਸਕੰਜੀ ਮਿੱਠਾ ਨਹੀਂ ਪਾਉਂਦੇ ਡਾਲਦੇ ਆ ਥੋੜਾ ਜਿਹਾ ਆਡੇ ਪਾ ਦਿੰਦੇ ਆ ਨਹੀਂ ਨਹੀਂ ਡਾਲ ਦਿਓ ਡਾਲ ਦਿਓ ਅਰੇ ਇੱਥੇ ਸ਼ਿਕੰਜੀ ਸ਼ਿਕੰਜੀ ਵਿੱਚ ਮਿੱਠਾ ਹੀ ਨਹੀਂ ਪਾਉਂਦੇ ਔਰ ਸਾਡੀ ਸ਼ਿਕੰਜੀ ਵੀ ਕਾਹਦੀ ਮਿੱਠੇ ਤੋਂ ਬਿਨਾਂ ਹਮਾਰੇ ਉੱਧਰ ਬਣਾਤੇ ਨਾ ਸ਼ਿਕੰਜਵੀ ਉੱਧਰ ਹਮਾਰੇ ਪੰਜਾਬ ਨੇ ਮਿੱਠਾ ਡਾਲਤੇ ਖੱਟਾ ਮਿੱਠਾ ਹਮਾਰੇ ਡਾਲਤੇ ਸਭ ਸਹੀ ਹੈ ਟ੍ਰੈਫਿਕ ਕਰਕੇ ਰਿਸ਼ੀਕੇਸ਼ ਵੀ ਬੜਾ 5-10 ਮਿੰਟ ਹੋ ਗਏ ਖਲੋਤੇ ਨੂੰ ਗੁਰਦੁਆਰਾ ਸਾਹਿਬ ਪਹੁੰਚ ਗਿਆ ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਪਰ ਸਾਈਕਲ ਹੀ ਨਹੀਂ ਲੱਗਣ ਡਿਆ 5-10 ਮਿੰਟ ਹੋ ਗਏ ਸ਼ਹਿਰ ਛੁੱਟੀਆਂ ਛੱਡੀਆਂ ਨਾ ਸੰਗਤ ਵੀ ਵਾਧੂ ਆਈ ਯਾਤਰਾ ਕਰਨ ਘੁੰਮਣ ਫਿਰ ਵੀ ਵਾਧੂ ਲੋਕ ਆਏ ਟ੍ਰੈਫਿਕ ਬਹੁਤ ਜ਼ਿਆਦਾ ਹੈ ਗਰਮੀ ਨੇ ਵੱਟ ਕੱਢੇ ਪਏ ਆ ਅਤੇ ਟ੍ਰੈਫਿਕ ਦਾ ਕੀ ਕਹਿਣਾ ਬਾਕੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹਾਂ ਜਗ੍ਹਾ ਜੁਗਾ ਲੱਭਦੇ ਹਾਂ ਹਾਲ ਮਿਲਦਾ ਜਾਂ ਕਮਰਾ ਤਾਂ ਇਕੱਲੇ ਨੂੰ ਪੀ ਦੇਣਾ ਦਿਨ ਹਾਲ ਹੂਲ ਮਿਲਦਾ ਅਤੇ ਲੱਕ ਲੁੱਕ ਸਿੱਧਾ ਕਰੀਏ ਥੋੜ੍ਹਾ ਰਾਤ ਨੂੰ ਵੀ ਸੁੱਤਾਂ ਟ੍ਰੇਨ 'ਚ ਉਹ ਲੰਘ ਲੈਣ ਦਿਓ ਭਰਾਵਾ ਜਗ੍ਹਾ ਦੇ ਦਿਓ ਥੋੜ੍ਹੀ ਜਿਹੀ ਇੱਥੇ ਹੀ ਲਾ ਦਈਏ ਕਿਤੇ ਟਾਈਮ ਹੋ ਗਿਆ 7:15 12:30 ਮੁੜ ਗਿਆ ਮੈਂ ਅਤੇ ਰਾਹ ਸੁੱਤਾ ਨਹੀਂ ਆ ਹਾਲ ਮਿਲਿਆ ਕਮਰੇ ਕੁਮਰੇ ਮਿਲ ਨਹੀਂ ਰਹੇ ਯਾਰ ਕਿ ਸੰਗਰ ਬਹੁਤ ਜ਼ਿਆਦਾ ਇਸ ਵਾਰੀ ਜਿੰਨੀ ਗਰਮੀ ਆ ਨਾ ਉੰਨੀ ਸੰਗਰ ਵੀ ਬਹੁਤ ਜ਼ਿਆਦਾ ਬਾਬਾ ਜੀ ਦੱਸਣ ਦੇ ਕਹਿੰਦੇ ਯਾਰ ਕਿ ਤਾਂ ਕਾਰਡ ਹੀ ਟੁੱਟ ਗਏ ਸੰਗਰ ਬਹੁਤ ਆਈ ਯਾਰ ਜੀ ਅਤੇ ਥੱਲੇ ਵੇਖ ਸਕਦੇ ਤੁਸੀਂ ਕਿ ਮਤਲਬ ਮੋਟਰਸਾਈਕਲ ਹੀ ਲੱਗੇ ਗਰਾਊਂਡ 'ਚ ਵੀ ਆ ਪਾਰਕ ਹੁੰਦੀ ਸਾਰੀ ਇਹ 'ਚ ਵੀ ਸਾਰੇ ਮੋਟਰਸਾਈਕਲ ਹੀ ਲੱਗੇ ਸੰਗਤਾਂ ਤੁਸੀਂ ਚੈੱਕ ਕਰੋ ਕਿੰਨੀ ਆ ਜਦੋਂ ਮੈਂ ਪਿਛਲੇ ਸਾਲ ਆਇਆ ਹਾਂ ਪਿਛਲੀ ਵਾਰੀ ਉਦੋਂ ਤਾਂ ਚਲੋ ਯਾਤਰਾ ਬੰਦ ਹੋ ਮੈਲੀ ਉਦੋਂ ਇੰਨੀ ਸੰਗਤ ਨਹੀਂ ਪਰ ਹੁਣ ਬੜੀ ਸੰਗਤ ਆ ਅਤੇ ਗਰਮੀ ਨੇ ਵੀ ਪੂਰੇ ਵੱਟ ਕੱਢੇ ਪਰ ਸੰਗਤ ਵੀ ਬਹੁਤ ਜ਼ਿਆਦਾ ਵਾ ਯਾਰ ਕਿਤੇ ਖਬਰਾਂ ਵੀ ਆਏ ਕਹਿੰਦੇ ਰਿਕਾਰਡ ਰਕੂਰਡ ਟੁੱਟੇ ਯਾਰ ਕਿ ਸੰਗਤ ਬਹੁਤ ਜ਼ਿਆਦਾ ਗਈ ਹਿੰਦੂ ਸਾਹਿਬ ਦਰਸ਼ਨ ਦਾ ਬਾਕੀ ਮੈਂ ਤਾਂ 12:30 ਆ ਗਿਆ ਹਾਲ ਮਿਲਿਆ ਕਮਰਾ ਮਿਲਿਆ ਨਹੀਂ ਇਕੱਲਾ ਇਕੱਲੇ ਨੂੰ ਕਮਰਾ ਨਹੀਂ ਦੇਣਾ ਇਹਨਾਂ ਨੇ ਅਤੇ ਹਾਲ 'ਚ ਉਦੋਂ ਦਾ ਸੁੱਤਾ ਹਾਂ ਰਾਤੀ ਵੀ ਨਹੀਂ ਸੁੱਤਾ ਟ੍ਰੇਨ 'ਚ ਅਤੇ ਜਦੋਂ ਆ ਕੇ ਸੁੱਤਾ ਡੰਗਰ ਪਾਣੀ ਛੱਗਿਆ ਹੁਣ ਅਤੇ ਹੁਣ ਆ ਕੇ ਥੋੜ੍ਹਾ ਜਿਹਾ ਫਰੈਸ਼ ਫਰੁਸ਼ ਹੋਏ ਹਾਂ ਅਤੇ ਟਾਈਮ ਹੋ ਗਿਆ 7:30 ਹੁਣ ਦਰਸ਼ਨ ਕਰਨ ਜਾਂਦੇ ਹਾਂ ਗੁਰਦੁਆਰਾ ਸਾਹਿਬ ਅਤੇ ਥੋੜ੍ਹਾ ਮਾਰਕੀਟ ਘੁੰਮ ਕੇ ਆਉਂਦੇ ਹਾਂ ਅਤੇ ਰਹਿੰਦੇ ਹਾਂ ਬੱਸਾਂ ਦਾ ਕੀ ਕਿਰਾਇਆ ਵਾ ਕੀ ਹਿਸਾਬ ਤੱਕ ਚੱਲਣ ਡਿਆ ਵਾ ਤੁਹਾਨੂੰ ਵੀ ਪਤਾ ਲੱਗ ਜੂਗਾ ਕਿ ਬੱਸ ਦਾ ਕੀ ਕਿਰਾਇਆ ਟੈਕਸੀ ਦਾ ਕੀ ਕਿਰਾਇਆ ਠੀਕ ਹੈ ਜੀ ਅਤੇ ਪਹਿਲਾਂ ਜਾਂਦੇ ਹਾਂ ਦਰਸ਼ਨ ਕਰਨ ਗੁਰਦੁਆਰੇ
ਜਪ ਮਨ ਹਰ ਹਰ ਨਾਮ ਨਿਤ ਧਿਆਏ ਫਿਰ ਦੁਖ ਨਾ ਲਗੈ ਰਹਾਉ ਇੱਧਰ ਪਤੰਦਰ ਜਾਈ ਜਾਂਦੇ ਅੱਗੇ ਜਿਹੜੇ ਮੇਰੇ ਨਾਲ ਆਏ ਇੱਥੇ ਕੀ ਕਹਿੰਦੇ ਨਹਾਉਣ ਦਾ ਬੜਾ ਦਿਲ ਕਹਿਣ ਡਿਆ ਗਰਮੀ ਬੜੀ ਨਾਲੋ ਨਾਲੋ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਇੱਧਰ ਆ ਗਏ ਹਾਂ ਬੱਸਾਂ ਬੁੱਸਾਂ ਦਾ ਉਹੀ ਕਿਰਾਇਆ ਵਾ 800-1000 ਦੇ ਵਿੱਚ ਵਿੱਚ ਹੀ ਜਿਹੜਾ ਪਹਿਲਾਂ ਹੁੰਦਾ ਸੀ ਥੋੜ੍ਹਾ ਬਹੁਤਾ ਵਧੀਆ ਹੋਊਗਾ ਮੈਂ ਪੁੱਛਿਆ ਨਹੀਂ ਯਾਰ ਕਿਹਨੂੰ ਬਾਕੀ ਸੁਣਨ 'ਚ ਹੋਣ ਡਿਆ ਕਿ 800 ਤੋਂ ਲੈ ਕੇ 1000 ਦੇ ਵਿੱਚ ਵਿੱਚ ਆ ਅਤੇ ਗੁਰਦੁਆਰਾ ਸਾਹਿਬ 'ਚ ਵੀ ਯਾਰ ਬੜੀ ਸੰਗਤਰੀ ਅਜੇ ਤੱਕ ਸੰਗਤਾਂ ਦੀ ਲਾਈਨ ਲੱਗੀ ਅਜੇ ਤੱਕ 9-1 ਹੋ ਗਏ ਆ ਕਮਰੇ ਲੈਣ ਲਈ ਲੈਣਾ ਲੱਗੀਆਂ ਅਜੇ ਤੱਕ ਅਤੇ ਰਜਿਸਟਰੇਸ਼ਨ ਲਈ ਅਜੇ ਤੱਕ ਲੈਣਾਂ ਲੱਗੀਆਂ ਵਾ 9-1 ਹੋ ਗਏ ਆ ਰਜਿਸਟਰੇਸ਼ਨ ਲਈ ਪੂਰੀਆਂ ਲੰਬੀਆਂ ਲੈਣਾਂ ਲੋਕ ਰਜਿਸਟਰੇਸ਼ਨ ਕਰਵਾਉਣ ਡੇ ਆ ਇੰਨੀ ਸੰਗਤ ਆ ਵਾੜੀ ਨਹੀਂ ਆਉਂਦੀ ਸਕਦੀ ਜੇ ਔਨਲਾਈਨ ਹੁੰਦੀ ਤਾਂ ਔਨਲਾਈਨ ਕਰਾ ਲਿਓ ਵਧੀਆ ਰਜਿਸਟਰੇਸ਼ਨ ਬਾਕੀ ਮੈਂ ਪੁੱਛੂੰਗਾ ਜਾ ਕੇ ਅਜੇ ਕੋਈ ਮੈਨੂੰ ਮਿਲਿਆ ਨਹੀਂ ਕੋਈ ਬੰਦਾ ਜਿਹਨੂੰ ਮੈਂ ਪੁੱਛ ਸਕਾਂ ਚੰਗੀ ਇਨਕੁਆਇਰੀ ਲੈ ਸਕਾਂ ਦੇਖੋ ਕਿਉਂਕਿ ਸੰਗਤ ਬੜੀ ਕੋਈ ਲੱਭਣ ਹੀ ਨਹੀਂ ਡਿਆ ਮੈਨੂੰ ਕਿ ਜਿਹੜੇ ਉੱਥੋਂ ਦੇ ਬੰਦੇ ਹੋਣ ਜਿਹੜੇ ਗੁਰਦੁਆਰਾ ਸਾਹਿਬ 'ਤੇ ਰਹਿੰਦੇ ਹੋਣ ਜਿਹਨਾਂ ਨੂੰ ਸਾਰਾ ਪਤਾ ਹੋਵੇ ਜੇ ਕੋਈ ਉਹ ਵੀਰ ਭਰਾ ਮਿਲੂਗਾ ਤਾਂ ਉਹਨੂੰ ਪੁੱਛ ਕੇ ਤੁਹਾਨੂੰ ਕੱਲ੍ਹ ਗੱਲ ਕਰਾਂਗੇ ਕਿ ਕੀ ਹਿਸਾਬ ਦਾ ਆ ਬਾਕੀ ਕਿਰਾਇਆ ਤਾਂ ਉਹੀ 800-1000 ਆ ਗੋਬਿੰਦਘਾਟ ਦਾ ਇੱਥੋਂ ਜਿਸੀ ਗੇਸ ਤੋਂ ਬੱਸਾਂ ਵੀ ਚੱਲਦੀਆਂ ਗੁਰਦੁਆਰਾ ਸਾਹਿਬ ਵੱਲੋਂ ਵੀ ਹੁਣ ਛੋਟੀਆਂ ਚੱਲਦੀਆਂ ਟੈਂਪੂ ਟਰੈਵਲ ਅਤੇ ਬਾਹਰੋਂ ਵੀ ਟੈਕਸੀਆਂ ਟੁਕਸੀਆਂ ਬੱਸਾਂ ਤੱਕ ਚੱਲਦੀਆਂ ਅਰਮਾਨ ਨਾਲ ਮਿਲ ਜਾਂਦੀ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਬਾਕੀ ਹੁਣ ਇੱਥੇ ਬੈਠੇ ਹਾਂ ਗਰਮੀ ਬੜੀ ਇੱਥੇ ਆ ਕੇ ਮੈਂ ਥੋੜ੍ਹਾ ਸਕੂਨ ਮਿਲਿਆ ਠੰਡੇ ਠੰਡੇ ਪਾਣੀ 'ਚ ਪੈਰ ਪਾਏ ਆ ਅਤੇ ਬਾਕੀ ਮੇਰਾ ਵੀਰ ਭਰਾ ਜਿਹੜਾ ਆਉਂਦਾ ਯਾਰ ਯਾਤਰਾ ਲਈ ਉਹ ਟਿਕਟ ਕਨਫਰਮ ਕਰਾ ਕੇ ਆਇਓ ਆਪਣੀ ਅਤੇ ਸੰਗਤ ਐਰਕੀ ਕਾਫੀ ਆ ਟਾਈਮ ਸਿਰ ਪਹੁੰਚੋ ਟਾਈਮ ਸਿਰ ਕਮਰੇ ਕਮਰੇ ਲਿਓ ਟਾਈਮ ਸਿਰ ਰੈਸਟ ਕਰਿਓ ਜਿੰਨੀ ਲੇਟ ਪਹੁੰਚੋਗੇ ਸ਼ਾਮ ਨੂੰ ਉਨਾ ਔਖਾ ਹੋਊਗਾ ਫਿਰ ਕਿਉਂਕਿ ਸੰਗਤ ਅੱਗੇ ਬੜੀ ਔਲਰੇਡੀ ਆ ਲਾਈਨਾਂ 'ਚ ਲੱਗੇ ਰਹੋਗੇ ਕੋਈ ਫਾਇਦਾ ਨਹੀਂ ਰੈਸਟ ਨਹੀਂ ਹੋਣੀ ਅੱਜ ਗੰਗਾ ਟਾਈਮ ਸਿਰ ਪਹੁੰਚੋ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਟਾਈਮ ਸਿਰ ਆਪਣਾ ਕਮਰਾ ਕਮਰਾ ਲੈ ਕੇ ਰੈਸਟ ਕਰੋ ਸ਼ਾਮੀ ਆਓਗੇ ਤਾਂ ਫਿਰ ਉਨੀਆਂ ਹੀ ਲੇਟ ਹੋਊਗੀ ਕੁਛ ਫਾਇਦਾ ਨਹੀਂ ਬਾਕੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਵਿਖਾਉਣਾ ਤੁਹਾਨੂੰ ਕਿੰਨਾ ਕੁ ਮੈਂ ਰਾਸ਼ੀ ਆ ਸੰਗਤ 9:40 ਹੋ ਗਏ ਗੁਰਦੁਆਰਾ ਸਾਹਿਬ ਅਸੀਂ ਵਾਪਸ ਆ ਗਏ ਹਾਂ ਅਤੇ ਤੁਸੀਂ ਲੈਣਾ ਚੈੱਕ ਕਰੋ ਕਮਰੇ ਲਈ ਹਾਲੇ ਵੀ ਕਿੰਨੀਆਂ ਲੱਗੀਆਂ ਇਹ ਲੈਣਾ ਲੱਗੀਆਂ ਕਮਰੇ ਲਈ ਸੰਗਤ ਇਸ ਵਾਰੀ ਆਈ ਬੜੀ ਜੀ ਟਾਈਮ ਹੋ ਗਿਆ 10:30 ਲੰਗਰ ਪ੍ਰਸ਼ਾਦਾ ਛੱਕ ਕੇ ਹੋਣ ਗਏ ਵਿਹਲੇ ਅਤੇ ਬਾਕੀ ਤੁਸੀਂ ਕਹਿਣ ਡਿਓ ਕਿ ਵਾਰ ਵਾਰ ਕਹਿਣ ਡਿਆ ਸੰਗਤ ਜ਼ਿਆਦਾ ਸੰਗਤ ਜ਼ਿਆਦਾ ਸੰਗਤ ਜ਼ਿਆਦਾ ਆਇਆ ਪਰ ਇਹ ਕਿ ਲਾਈਨ 'ਚ ਲੱਗਣਾ ਪੈਂਦਾ ਅੱਧਾ ਪੌਣਾ ਘੰਟਾ ਕਮਰਾ ਅਤੇ ਹੋਰ ਸਭ ਕੁਝ ਮਿਲ ਜਾਂਦਾ ਇਹ ਨਹੀਂ ਕਿ ਕਿਸੇ ਨੂੰ ਨਹੀਂ ਮਿਲਣ ਡਿਆ ਜਿਹਨੇ ਬਾਹਰ ਸੋਣਾ ਕਿ ਹਵਾ ਵੱਜ ਸੋਣਾ ਵਾ ਉਹ ਬਾਹਰ ਸੋ ਜਾਂਦਾ ਵਾ ਜਿਹਨੇ ਹਾਲ 'ਚ ਜਾ ਕਮਰੇ ਸੋਣਾ ਉਹ ਹਾਲ ਕਮਰੇ ਸੋ ਜਾਂਦਾ ਬਾਕੀ ਇਹ ਹੈ ਕਿ ਗਰਮੀ ਕਰਕੇ ਨਾ ਹਾਲ 'ਚ ਘੁੰਮਣ ਜੀ ਬੜੀ ਹੈ ਤਾਂ ਕਰਕੇ ਲੋਕ ਬਾਹਰ ਸੌ ਜਾਂਦੇ ਆ ਪਰ ਇਹ ਕਿ ਹਰ ਇੱਕ ਨੂੰ ਜਗ੍ਹਾ ਮਿਲਦੀ ਸਾਨੂੰ ਇਹ ਨਾ ਸੋਚੋ ਕਿ ਸੰਗਤ ਜ਼ਿਆਦਾ ਵਾ ਸ਼ਾਇਦ ਜਗ੍ਹਾ ਨਹੀਂ ਮਿਲਦੀ ਹੋਊਗੀ ਇੱਦਾਂ ਉੱਦਾਂ ਅਰਮਾਨ ਨਾਲ ਸਾਰਿਆਂ ਜਗ੍ਹਾ ਮਿਲਦੀ ਸਾਰੇ ਵਧੀਆ ਤਰੀਕੇ ਨਾਲ ਸੌਂਦੇ
ਬਾਕੀ ਕੱਲ੍ਹ ਕਰਾਂਗੇ ਰਿਸ਼ੀਕੇਸ਼ ਤੋਂ ਆਪਣੀ ਚੜ੍ਹਾਈ ਸਟਾਰਟ। ਇਸ ਵਾਰੀ ਹਰਿਦੁਆਰ ਤੋਂ ਸਟਾਰਟ ਕੀਤਾ ਸਫ਼ਰ, ਇਹ ਤਾਂ ਪਿਛਲੀ ਵਾਰੀ ਪੰਜਾਬ ਤੋਂ ਅੰਮ੍ਰਿਤਸਰ ਤੋਂ ਹੇਮਕੁੰਟ ਸਾਹਿਬ ਕੀਤਾ ਸੀ, ਪਰ ਇਸ ਵਾਰੀ ਇਕੱਲੇ ਹੋਣ ਕਰਕੇ ਅਤੇ ਗਰਮੀ ਬੜੀ ਆ, ਇਸ ਕਰਕੇ ਹਰਿਦੁਆਰ ਤੋਂ ਸਟਾਰਟ ਕੀਤਾ ਸਫ਼ਰ। ਕੱਲ੍ਹ ਸੋਚਦੇ ਉੱਠ ਕੇ 4-5 ਵਜੇ ਆਪਣੀ ਚੜ੍ਹਾਈ ਸਟਾਰਟ ਕਰਾਂਗੇ, ਵੇਖ ਲੈਂਦੇ ਹਾਂ 4-5-6 ਦਿਨ 5-6 ਦਿਨ ਲੱਗਣਗੇ, ਬਾਕੀ ਬਾਬਾ ਸੁੱਖ ਰੱਖੇ, ਗਰਮੀ ਤੋਂ ਬਚਾ ਰਹੇ, ਬਸ ਸਰੀਰ ਨੂੰ ਕੁਝ ਭਾਵੇਂ ਗਰਮੀ ਨਾ, ਹੋਰ ਨਹੀਂ ਕੁਝ, ਬਾਕੀ ਕੋਈ ਟੈਨਸ਼ਨ ਨਹੀਂ, ਬਾਕੀ ਖਿੱਚ ਲਾਂਗੇ ਆਪਾਂ ਤਾਂ। ਉਹਦੇ 4 ਵਜੇ ਉੱਠ ਕੇ ਕਰਾਂਗੇ, 5 ਵਜੇ ਚੜ੍ਹਾਈ ਸਟਾਰਟ। ਮਿਲਾਂਗੇ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ। ਅੱਜ ਵਾਲੀ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ, ਸੱਜਣ ਵੇਲਿਆਂ ਨੂੰ ਵੀਡੀਓ ਸੈਂਡ ਕਰ ਦਿਓ, ਸਾਰੇ ਬਣੇ ਰਹਿਣ ਵੀਡੀਓ ਨਾਲ, ਠੀਕ ਹੈ।